ਇੱਕ ਨਿੱਜੀ ਹਸਪਤਾਲ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਜਿਸ ਨੇ ਕਿ ਇੱਕ ਬੱਚੇ ਦਾ ਪਹਿਲਾਂ ਤਾਂ ਇਲਾਜ ਕੀਤਾ ਤੇ ਜਦੋਂ ਉਸਦੇ ਮਾਤਾ ਪਿਤਾ ਕੋਲ ਪੈਸੇ ਨਹੀਂ ਸੀ ਦੇਣ ਜੋਗੇ ਤਾਂ ਉਹਨਾਂ ਨੂੰ ਹੀ ਬੰਧਕ ਬਣਾਇਆ ਗਿਆ। ਤਾਂ ਦੱਸ ਦਈਏ ਕਿ ਇੱਕ ਨਿੱਜੀ ਹਸਪਤਾਲ ਦੇ ਉੱਤੇ ਅਜਿਹੇ ਇਲਜ਼ਾਮ ਲੱਗੇ ਨੇ ਤੇ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ। ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਦੇ ਬਿੱਲਾਂ ਤੋਂ ਲੋਕ ਕਿੰਨੇ ਪਰੇਸ਼ਾਨ ਹਨ ਇਸ ਦਾ ਪਤਾ ਇਹਨਾਂ ਹਾਲਾਤਾਂ ਤੋਂ ਚੱਲਦਾ ਹੈ ਜਿੱਥੇ ਇੱਕ ਪਰਿਵਾਰ ਨੂੰ ਹਸਪਤਾਲ ਤੋਂ ਤੰਗ ਆ ਕੇ ਆਪਣੇ ਬਿਮਾਰ ਬੱਚੇ ਨੂੰ ਲੈ ਕੇ ਭੱਜਣਾ ਪਿਆ। ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਪਤੀ ਪਤਨੀ ਤੇ ਉਸਦੇ ਬੱਚਿਆਂ ਨੂੰ ਲਿਆ ਕੇ ਹਸਪਤਾਲ ਵਾਲਿਆਂ ਦੇ ਹੀ ਹਵਾਲੇ ਕਰ ਦਿੱਤਾ। ਹਾਲਾਂਕਿ ਜਦੋਂ ਗੱਲ ਮੀਡੀਆ ਤੱਕ ਪਹੁੰਚੀ ਤਾਂ ਹਸਪਤਾਲ ਸੰਚਾਲਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਹਨਾਂ ਨੇ ਬਗੈਰ ਪੈਸੇ ਲਈ ਹੀ ਪਤੀ ਅਤੇ ਪਤਨੀ ਤੇ ਉਹਨਾਂ ਦੇ ਬੱਚਿਆਂ ਨੂੰ ਵਾਪਸ ਘਰ ਭੇਜ ਦਿੱਤਾ। ਤਾਂ ਦੱਸ ਦਈਏ ਕਿ ਲੁਧਿਆਣਾ ਤੋਂ ਇਹ ਸ਼ਰਮਨਾਕ ਮਾਮਲਾ ਸਾਹਮਣੇ ਆਇਆ। ਹਾਲਾਂਕਿ ਜੇਕਰ ਸਵਾਲੀਆ ਨਿਸ਼ਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਉੱਠਦੇ ਨਜ਼ਰ ਆ ਰਹੇ ਨੇ। ਬੱਚੇ ਕੋ ਜੀ ਦੋਹਰਾ ਉੱਠ ਗਿਆ ਤਾ ਜੀ, ਮੈਂ ਡਿਲੋ ਸੇ ਆਇਆ ਤਾ ਜੀ, ਬੱਟੇ ਪੇ ਸੇ ਆਇਆ ਤਾ ਜੀ, ਡਿਲੋ ਉਸ ਡਾਕਟਰ ਨੇ ਭੇਜਿਆ ਤਾ ਮੁਝਕੋ ਦਰ। ਠੀਕ ਹੈ। ਹਾਂ ਤੋ ਜੀ ਇਧਰ ਮੈਨੇ ਲਾ ਕੇ ਇਸਕੋ ਐਡਮਿਟ ਕਰਾ, ਪੂਰੀ ਰਾਤ ਰਿਹਾ, ਜਿਨ੍ਹਾਂ ਨੇ ਇਤਨਾ ਦਵਾਈ ਨਹੀਂ ਦੀ ਥੀ। ਫਿਰ ਪੈਸੇ ਆਏ ਸੁਬਹ ਕੇ ਟਾਈਮ, ਮੈਨੇ ਇਸਕੇ 5000 ਰੁਪਏ ਜਮਾ ਕਰੇ, ਫਿਰ ਉਹਨੇ ਇਲਾਜ ਕਰਾ ਇਸਕਾ। ਤੋ ਕੋਈ ਬਾਤ ਨਹੀਂ, ਮੈਂ ਕਹਿਣ ਲੱਗਾ ਜੀ ਮੇਰੇ ਪਾਸ ਪੈਸੇ ਨਹੀਂ ਹੈ, ਖਤਮ ਹੋ ਗਏ ਜੀ ਪੈਸੇ। ਫਿਰ ਕਹਿਣ ਲੱਗੇ ਕੋਈ ਬਾਤ ਨਹੀਂ ਭਾਈ, ਛੁੱਟੀ ਛੁੱਟੀ ਲੈ ਲਿਓ, ਤੁਮ ਵੀ ਗਲੂਕੋਜ਼ ਲੱਗ ਜਾਣੇ ਤੋਂ ਛੁੱਟੀ ਦੇ ਦੇਗੇ। ਅਬ ਹਮ ਛੁੱਟੀ ਕੋ ਬੋਲਣ ਲੱਗੇ ਤੋ ਛੁੱਟੀ ਨਹੀਂ ਦੇ ਰਹੇ ਥੇ। ਮੈਂ ਕਿਹਾ ਜੀ ਮਾਰਾ ਬੱਚਾ ਘਰੂ ਹੈ, ਹਮੇ ਜਾਣੇ ਦੋ, ਮੈਂ ਕਹਾ ਹਮ ਦਵਾਈ ਲੈ ਜਾਏਗੇ ਬਾਅਦ ਮੈਂ, ਜੇ ਮੇਰੇ ਪਾਸ ਪੈਸੇ ਹੋ ਗਏ ਅਭੀ ਹਮੇ ਜਾਣੇ ਦੋ ਕਰੋ। ਪਹਿਲੇ ਕਿੰਨੇ ਵਜੇ ਮੰਗ ਰਹੇ ਆਪਣੇ ਪੈਸੇ? ਤੋ ਪਹਿਲੇ ਜੀ 5000 ਰੁਪਏ। ਅੱਛਾ, ਕਿੰਨੇ ਵਜੇ ਮੰਗ ਰਹੇ ਹੋ? ਫਿਰ ਅਲੱਗ ਸੇ ਉੱਪਰ ਸੇ ਦਵਾਈ ਸਾਰੀ ਆਪਣੇ ਪੈਸੇ ਕੇ ਲਾਏ, ਜਿਤਨੀ ਸਕੇ ਲਗੀ ਗਲੂਕੋਜ਼ ਗਲਗਾਸ। ਕੌਨ ਸਾ ਹਸਪੀਟਲ ਹੈ ਯੇ? ਹੈਗਾ ਉਹ ਲਾਈਫਲਾਈਨ, ਲਾਈਫਲਾਈਨ। ਉਸਕੇ ਬੰਦੇ ਆਪਕੋ ਰੋਕਾ ਹੋਇਆ ਕਿਆ? ਹਾਂ ਵੇ ਪੁਲਿਸ ਬੁਲਾ ਰਹੇ, ਮੈਂ ਕਹਾ ਬੁਲਾ ਲੋ। ਕਿੰਨਾ ਸਾਲ ਦਾ ਬੱਚਾ ਹੈ? ਯੇ 1.5 ਸਾਲ ਦਾ ਬੱਚਾ ਹੈ ਜੀ। ਔਰ ਦੂਸਰਾ? ਯੇ ਜੀ 1 ਮਹੀਨੇ ਕੀ ਹੈਗੀ ਹੈ। ਪਰੇਸ਼ਾਨ ਹੋ ਰਹੇ? ਹਾਂ ਬਹੁਤ ਪਰੇਸ਼ਾਨ ਹੈ ਜੀ, ਬਹੁਤ ਗਰੀਬ ਆਦਮੀ ਪਰੇਸ਼ਾਨੀ ਹੈ ਜੀ। ਕਹਾਂ ਸੇ ਆਏ ਹੋ ਜੀ? ਯੂਪੀ ਕੇ ਰਹਿਣੇ ਵਾਲੇ ਆਏ ਹੋ ਤੋ ਜੀ? ਔਰ ਕਹਾਂ ਰਹਤੇ? ਡਿਲੋ ਰਹਤੇ? ਡਿਲੋ ਰਹਤੇ ਜੀ, ਬੱਟੇ ਪੇ, ਬੱਟੇ ਪਾ ਰਹੇ ਜੀ। ਹਾਂ ਜੀ ਸਰ, ਦੇਖਿਆ ਜਾਵੇ ਰੋੜਾ ਪੈਸੋ ਸਿੱਖ 2 ਮਹੀਨੇ ਲੈ ਕੇ, ਕੀ ਸਰ ਮਾਮਲਾ ਕੀ? ਮਾਮਲਾ ਇਹ ਹੈ ਜੀ, ਲਾਈਫਲਾਈਨ ਤੋਂ ਕਿਤੇ ਬਗੈਰ ਦੱਸੇ ਪੁੱਛੇ ਬੰਦੇ ਚਲੇ ਗਏ ਸੀਗੇ। ਹਾਂਜੀ, ਉਹ ਮੈਨੂੰ ਫੋਨ ਆਇਆ ਵੀ ਕਹਿੰਦੇ ਰੋੜਾ ਕੱਟ ਲਾਈਟਾਂ ਦੇ ਕੋਲੇ ਲੇਡੀਜ਼ ਅਤੇ ਇੱਕ ਬੰਦਾ ਖੜ੍ਹੇ ਨੇ, 2 ਬੱਚੇ ਨੇ ਉਹਨਾਂ ਕੋਲੇ, ਵੀ ਉਹ ਇੱਥੋਂ ਪੈਸੇ ਨਹੀਂ ਦੇ ਕੇ ਗਏ, ਵੀ ਉਹ ਚਲੇ ਗਏ ਨੇ। ਮੈਂ ਜਦੋਂ ਮੌਕੇ 'ਤੇ ਜਾ ਕੇ ਦੇਖਿਆ, ਫਿਰ ਉਸ ਤੋਂ ਬਾਅਦ ਫਿਰ ਮੈਂ ਆ ਕੇ ਇਹਨਾਂ ਨੂੰ ਨਾਲ ਲੈ ਕੇ, ਮੇਰਾ ਏਰੀਆ ਵੀ ਨਹੀਂ ਸੀਗਾ, ਚਲੋ ਕੋਈ, ਫਿਰ ਵੀ ਮੈਂ ਫਿਰ ਇਨਸਾਨੀਅਤ ਤੌਰ 'ਤੇ ਇਹਨਾਂ ਨੂੰ ਲਿਆ ਕੇ ਆਪਣੇ ਲਾਈਫਲਾਈਨ ਹੌਸਪੀਟਲ ਦੇ ਵਿੱਚ ਇਹਨਾਂ ਦੇ ਡਾਕਟਰ ਦੇ ਹਵਾਲੇ ਕਰ ਲਗਾ ਲਈ। ਤਾਂ ਜੀ ਹੁਣ ਇਹੀ ਹੈ ਵੀ ਇਹਨਾਂ ਨੂੰ ਚਾਹੀਦਾ ਵੀ ਜਿਹੜਾ ਸਿਕਿਉਰਿਟੀ ਗਾਰਡ ਹੈ, ਹੁਣ ਡਾਕਟਰ ਸਾਹਿਬ ਇਸ ਚੀਜ਼ ਨੂੰ ਮੰਨ ਰਹੇ, ਉਹ ਕਹਿੰਦੇ ਨੇ, ਕਹਿੰਦੇ ਬਾਥਰੂਮ ਵੀ ਜਾ ਸਕਦਾ ਬੰਦਾ, ਉਹ ਵੀ ਜਾ ਸਕਦਾ। ਪੁਲਿਸ ਨੇ ਤਾਂ ਮਿੱਟੋ ਮਿੱਟੀ ਜੀ ਫੋਨ ਸਾਨੂੰ ਗਿਆ, ਮੈਂ ਉੱਥੋਂ ਬਰੋਟਾ ਰੋਡ ਵੰਨੀਓ ਭੱਜਿਆ ਆਇਆ, ਠੀਕ ਹੈ ਜੀ, ਬਰੋਟਾ ਰੋਡ ਤੋਂ ਭੱਜ ਕੇ ਆ ਕੇ ਮੈਂ ਉਹਨਾਂ ਨੂੰ ਬੰਦਿਆਂ ਨੂੰ ਲਿਆ ਕੇ ਇੱਥੇ। ਹਾਂ ਬਿੱਲ ਦਾ ਰੌਲਾ ਜੀ, ਬਾਕੀ ਸਵੇਰੇ ਡਾਕਟਰ ਸਾਹਿਬ ਕਹਿੰਦੇ ਆ ਵੀ ਸਵੇਰੇ ਦੇਖਾਂਗੇ, ਹੁਣ ਲਿਆ ਕੇ ਮੈਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਇੱਕ ਵਾਰੀ ਬਿਠਾ ਦਿੱਤੇ ਆ, ਹੁਣ ਇਹਨਾਂ ਦੀ ਜ਼ਿੰਮੇਵਾਰੀ।
ਠੰਡ ਵਿੱਚ ਸਰ ਉਹ ਠੰਡ 'ਚ ਜ਼ਿਆਦਾ ਵਾਪਸੀ ਲੈ ਆਉਣਾ ਨਾ, ਹਾਂਜੀ ਠੰਡ ਜ਼ਿਆਦਾ ਸੀ ਵਾਪਸੀ ਲੈ ਆਉਣਾ ਨਾ, ਤੁਰ ਕੇ ਜਾ ਰਹੇ ਸੀ। ਹਾਂ ਤੁਰ ਕੇ ਜਾ ਰਹੇ।